हाँ जी, मैं बाहर इलाके में सी, तो मैनू इन्फोरमेशन मिली आ कि गांधी कैंप में गोली चली आ। मैं मौके पर पहुँचा उ, तो उत्थे दविंदर कुमार पुत्र गुरुदत्त वासी वार्ड नंबर 6 गांधी कैंप, जो उत्थे मिलया जाता क्या मेरे ते गोली मार फलाने बंदे ने चलाई आ, तो जिहड़ा वा छरला पेट ते वजा वा। तो बाकी फिर भी सुबह आपां जिहड़े सीसीटीवी कैमरे खंगाल के तो अगली कार्रवाई लवांगे जी। सर जिन्हें चलाई उहदा नाम दस्सिया वो तो उहने? दस्या जी, उन्होंने फिलहाल तो जे राहुल दत्त का नाम लिया जाने जी, तो गांह जो भी इन्वेस्टिगेशन होगी तो कार्य करांगे। इन्हां दे अग्गे कोई आपसी लड़ाई झगड़ा चलदा है कोई? ये हूँ सारा सुबह पता लगेगा जी भी की गलबात हुई है की नहीं जी। ठीक है। ਮੇਰਾ ਨਾਮ ਮੇਰਾ ਦਵਿੰਦਰ ਕੁਮਾਰ ਹੈ। ਮੈਂ ਇੱਥੇ ਗੱਡੀ ਲਾ ਕੇ ਖੜਾ ਹੋਇਆ ਜੀ। ਕੋਈ ਗੱਲ ਕੰਮ ਕੀ ਕਰਦੇ ਪਹਿਲਾਂ ਕੰਮ ਦੱਸੋ। ਮੈਂ ਕੰਮ ਪਲੰਬਰ ਦਾ ਕਰਦਾ ਜੀ। ਠੀਕ ਜੀ। ਮੇਰੀ ਇਹਦੇ ਨਾਲ ਕੋਈ ਦੁਸ਼ਮਣੀ ਨਹੀਂ। ਕਿਹਦੇ ਨਾਲ? ਇਹਦੇ ਨਾਲ ਰਾਹੁਲ ਦੱਤ ਨਾਲ। ਇਹ ਮੈਂ ਗੱਡੀ ਲਾ ਕੇ ਖਲੋਤਾ ਦਾ ਐਵੇਂ ਆਇਆ ਵਾ, ਪਤਾ ਨਹੀਂ ਇਹਨੇ ਖਾਧੀ ਪੀਤੀ ਦੀ ਕੀ ਕੀਤਾ ਦਾ ਜੀ। ਮੇਰੇ ਨਾਲ ਜੋ ਖਾਣ ਲੱਗ ਪਿਆ ਅਤੇ ਮੇਰੇ ਨਾਲ ਖਾਣ ਲੱਗ ਪਿਆ ਅਤੇ ਐਵੇਂ ਮੇਰੇ ਨਾਲ ਬੋਲਣ ਲੱਗ ਪਿਆ। ਮੈਂ ਵੀ ਮਾੜਾ ਜਿਹਾ ਬੋਲਿਆ ਵਾ, ਮੇਰੇ ਹੱਥੀ ਪੈਣ ਲੱਗਾ, ਮੈਂ ਵੀ ਪੈਣ ਲੱਗਾ। ਇਹਨੇ ਕੱਢ ਕੇ ਪਿਸਟਲ ਮੇਰੇ ਪੈਰ ਮਾਰ ਕੱਢਿਆ, ਇੱਕ ਪੈਰਾਂ 'ਚ ਮਾਰਿਆ, ਇੱਕ ਮੇਰੇ ਉੱਥੇ ਮਾਰਿਆ ਸਿੱਧੇ ਢਿੱਡ 'ਚ। ਮੈਂ ਭੱਜ ਗਿਆ, ਮੇਰੇ ਬਚਾਅ ਹੋ ਗਿਆ ਅਤੇ ਇਹ ਮੇਰੇ ਵੱਜਾ ਮਾੜਾ ਜਿਹਾ ਸਰਲਾ, ਅਤੇ ਮੈਂ ਮਹਾਂ ਹੀ ਬਚੇ। ਕੋਲ ਕੋਈ ਨਹੀਂ ਬਰਾਮਦ ਹੋਇਆ, ਪਤਾ ਨਹੀਂ ਕੌਣ ਕੌਣ ਚੁੱਕ ਕੇ ਲੈ ਗਿਆ, ਉਹਨੇ ਬੰਦੇ ਛੱਡੇ ਜਾਂ ਚੁੱਕ ਕੇ ਲੈ ਗਿਆ। ਕੋਲ ਕੋਈ ਨਹੀਂ ਬਰਾਮਦ ਹੋਇਆ। ਕਿੰਨੇ ਕੁ ਜਣੇ? ਉਹ ਇਕੱਲਾ ਜਾਣਾ ਸੀ, ਹੋਰ ਕੋਈ ਨਹੀਂ ਉਹਦੇ ਨਾਲ। ਕਿੰਨੇ ਫੈਰ ਹੋਇਆ? ਫੈਰ 2 ਮਾਰੇ ਉਹਨੇ ਮੇਰੇ। ਅਤੇ ਮੈਨੂੰ ਹੁਣੇ ਹੀ ਪਤਾ ਲੱਗਾ ਮੈਂ ਬਾਹਰ ਹੀ ਕਿਤੇ ਕਿ ਇੱਦਾਂ ਦਾ ਗੋਲੀ ਚੱਲੀ ਹੈ ਮਹੱਲੇ, ਅਤੇ ਜੋ ਵੀ ਕਾਰਵਾਈ ਬਣਦੀ ਜਿਹੜੇ ਜਿਹੜਾ ਚਲਾ ਕੇ ਗਿਆ ਮੁੰਡਾ ਹੋਊਗੀ, ਬਿਲਕੁਲ ਆਪਾਂ ਪਰਿਵਾਰ ਦਾ ਸਾਥ ਦੇਵਾਂਗੇ ਜੀ। ਆਰੋਪ ਲਾ ਰਿਹਾ ਪਰਿਵਾਰ ਜੀ? ਇਹ ਹੈਗਾ ਮੁੰਡਾ ਰਾਹੁਲ ਦੱਤ ਹੈਗਾ ਜੀ, ਉੱਥੇ ਲਗਾ ਰਿਹਾ ਜੀ। ਮੌਜੂਦਾ ਜਿਹੜੇ ਮੌਜੂਦ ਆਪਣੇ ਹਲਕੇ ਜੀ, ਕਾਫੀ ਆਪਾਂ ਕਰਦੇ ਰਹਿੰਦੇ ਹਾਂ, ਜਾਂਦੀਆਂ ਵੀ ਹੈਗੀਆਂ ਜੀ। ਅਤੇ ਬਾਕੀ ਕਾਨੂੰਨ ਤੁਹਾਨੂੰ ਪਤਾ ਹੀ ਹੈ, ਥੋੜ੍ਹਾ ਸਿਸਟਮ ਇੱਦਾਂ ਹੀ ਚੱਲ ਰਿਹਾ, ਥੋੜ੍ਹਾ ਹੋਊਗਾ ਸਹੀ, ਥੋੜ੍ਹਾ ਟਾਈਮ ਲੱਗੂਗਾ, ਪਰ ਹੁਣ ਆਇਆ ਜਿਹੜਾ ਕਾਰਵਾਈ ਨੇ ਕੀਤਾ ਕੰਮ ਬਿਲਕੁਲ ਗਲਤ ਕੀਤਾ ਜੀ। ਨਹੀਂ ਭਾਅ ਜੀ, ਹੋਊਗੀ ਜ਼ਰੂਰ, ਹੋਊਗੀ ਹੁਣ ਤਾਂ ਹੋਊਗੀ, ਜ਼ਰੂਰ ਹੋਊਗੀ ਜੀ। ਇਹ ਸਾਰਿਆਂ ਦਾ ਸਾਥ ਚਾਹੀਦਾ, ਬਾਕੀ ਤਾਂ ਆਪਾਂ ਨਸ਼ਾ ਵੀ ਬੰਦ ਕਰਾਵਾਂਗੇ ਜ਼ਰੂਰ ਜੀ। ਗੱਲ ਪਤਾ ਨਹੀਂ ਬੱਚੇ ਨਾਲ ਗੱਲ ਹੋਈ ਕੋਈ, ਪਤਾ ਨਹੀਂ ਚਿੱਟਾ ਚਿੱਟਾ ਵੇਚਦਾ ਬੱਚੇ ਨੂੰ, ਕਹਿੰਦਾ ਮੇਰੇ ਨਾਲ ਲਾ ਕੇ ਚਿੱਟਾ ਵੇਚ। ਤੇ ਸਾਡੇ ਬੱਚੇ ਮਿਹਨਤ ਕਰਦੇ ਨੇ, ਉਹ ਨਹੀਂ ਕਰਨਾ ਚਾਹੁੰਦੇ। ਉਹਦੇ 2 ਬੱਚੇ ਨੇ, ਛੋਟੇ ਛੋਟੇ ਗੁੱਡੀਆਂ ਹੀ ਨੇ, ਉਹ ਕਹਿੰਦਾ ਮੈਂ ਨਹੀਂ ਕਰਨਾ ਚਾਹੁੰਦਾ ਇਹ ਕੰਮ। ਇਸੇ ਗੱਲ ਤੋਂ ਗੋਲੀ ਚਲਾ ਗਿਆ ਸਾਡੇ ਇੱਥੇ ਬੂਵੇ ਅੱਗੇ ਮੁੰਡੇ ਦੇ। ਮੁਲਾਜ਼ਮਾਂ ਨੇ ਖੁਦ ਵੇਖਿਆ, ਮੈਨੂੰ ਕਹਿੰਦਾ ਮਾਤਾ ਜੇ ਰਿਪੋਰਟ ਦਿੱਤੀ ਤੇ ਤੇਰੇ ਮੈਂ ਗੋਲੀ ਮਾਰ ਦੇਣੀ, ਪਿਸਤੌਲਾ ਹੱਥ ਫੜਿਆ ਦਾ। ਮੈਂ ਕਿਹਾ ਮੈਂ ਰਿਪੋਰਟ ਦੇ ਕੇ ਜਾਣੀ, ਤੂੰ ਜੋ ਕਰਨਾ ਕਰ ਲੈ, ਮੈਨੂੰ ਮਾਰਨੀ ਗੋਲੀ ਮਾਰ ਦੇ। ਮੈਂ ਕਿਹਾ ਇੱਥੋਂ ਡੱਕ ਲੇਗਾ ਮੈਨੂੰ SSP ਕੋਲ ਨਾ ਡੱਕੇਗਾ ਤੂੰ। ਮੈਂ ਕਿਹਾ ਉੱਥੋਂ ਤਾਂ ਨਹੀਂ ਡੱਕ ਲੈਣ ਲੱਗਾ ਮੈਨੂੰ ਤੂੰ, ਮੈਂ ਉੱਥੇ ਵੀ ਫਿਰ ਪਹੁੰਚ ਜਾਂਗੀ, ਇੱਥੋਂ ਮੈਨੂੰ ਡੱਕ ਲੈ, ਤੂੰ ਗੋਲੀ ਮਾਰਨੀ ਮਾਰ ਲੈ। ਧਮਕੀਆਂ ਦਿੰਦਾ ਪਿਆ, ਫਿਰ ਧਮਕੀਆਂ ਦਿੰਦਾ ਪਿਆ, ਧਮਕੀਆਂ। ਮੈਂ ਰੰਡੀ ਜਨਾਨੀ ਆ, 2 ਮੇਰੇ ਬੱਚੇ ਨੇ। ਹਾਂਜੀ, ਸ਼ਿਕਾਇਤ ਕਰਕੇ ਆਇਆ ਚੌਂਕੀ ਦੇ ਬੂਹੇ 'ਚ, ਨਹੀਂ ਵੜਨ ਦਿੰਦਾ ਪਿਆ, ਕਹਿੰਦਾ ਮੈਂ ਗੋਲੀ ਚਲਾ ਦੇਣੀ ਹੈ। ਉਹ ਮੁਲਾਜ਼ਮ ਛੇਤੀ ਛੇਤੀ ਬਾਹਰ ਆ ਗਏ, ਕਹਿੰਦਾ ਮੈਂ ਸੁਣਨਾ ਪਿਆ ਤੇਰੀਆਂ ਗੱਲਾਂ ਸੁਣਨਾ ਪਿਆ, ਤੇ ਫਿਰ ਭੱਜ ਗਿਆ।